ਵੈਜੀ ਇੱਕ ਜਾਣਕਾਰੀ ਹੋਰ ਦਿਓ, ਜਿਵੇਂ ਆਪਾਂ ਤੁਸੀਂ ਗੱਲ ਕੀਤੀ ਸੀ, ਤੁਸੀਂ ਕਿਹਾ ਵੀ ਜੈਂਟਸ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਹੈ ਵੀ ਜਿਵੇਂ ਵੀਰੇਜ ਦੇ ਵਿੱਚ ਸ਼ੁਕਰਾਣੂਆਂ ਦੀ ਘਾਟ ਕਰਕੇ ਉਹਦੇ ਬੱਚਾ ਨਹੀਂ ਹੋ ਰਿਹਾ। ਹਾਂਜੀ, ਤੁਸੀਂ ਗੱਲ ਕਹੀ ਸੀ ਵੀ ਕਈ ਵਾਰੀ ਲੇਡੀਜ਼ ਦੇ ਵਿੱਚ ਵੀ ਇੱਕ ਪ੍ਰੋਬਲਮ ਆਉਂਦੀ ਹੈ, ਲੇਡੀਜ਼ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ ਅਤੇ ਉਹਦਾ ਹੱਲ ਕੀ ਹੈ? ਲੇਡੀਜ਼ ਦੇ ਜਿੰਨੇ ਰੋਗ ਆ ਨਾ ਗਾਇਨੀ ਦੇ, ਗਰਭ ਨਾਲ ਜੁੜੇ ਹੋਏ ਸਾਰਾ, ਮਤਲਬ ਲੇਡੀਜ਼ ਦੀ ਕਹਿ ਦਈਏ ਬਣ ਤਾਂ ਸਾਰੀ ਗਰਭ ਨਾਲ ਹੀ ਨਿਖਾਰ ਹੁੰਦਾ ਉਹਦਾ, ਜੇ ਗਰਭ ਸਹੀ ਹੈ। ਜਿਵੇਂ ਬਹੁਤੀਆਂ ਲੇਡੀਜ਼ ਛਾਈਆਂ ਵਾਸਤੇ ਪ੍ਰੋਡਕਟ ਲਾਉਂਦੀਆਂ, ਵਾਲਾਂ ਵਾਸਤੇ ਕੁਛ ਨਾ ਕੁਛ ਕਰਦੀ, ਸੁੰਦਰਤਾ ਨੂੰ ਵਧਾਉਣ ਵਾਸਤੇ, ਜੇ ਉਹਨਾਂ ਦਾ ਗਰਭ ਸਹੀ, ਸੁੰਦਰਤਾ ਪਰਫੈਕਟ ਆ। ਅੱਛਾ, ਗਰਭ ਦਾ ਅਜਿਹਾ ਵਿਸ਼ਾ, ਗਰਭ ਸਭ ਤੋਂ ਬਿਹਤਰ ਆ ਵੀ ਤੁਹਾਡੀ ਬੋਡੀ ਵਿੱਚ ਤੁਹਾਡਾ ਜੋੜ ਲੱਗਣਾ ਚਾਹੀਦਾ, ਹਿੱਸੇ ਦਾ, ਇੰਨੇ ਹਿੱਸੇ ਦਾ, ਪੇਟ ਦਾ, ਇਹ ਜੋਰ ਲੱਗਣਾ ਚਾਹੀਦਾ। ਅੱਜ 90% ਦਾ ਜੋਰ ਘੱਟ ਗਿਆ, ਖਤਮ ਹੋ ਗਿਆ। ਜਦੋਂ ਜੋਰ ਇਹਦਾ ਘੱਟ ਗਿਆ, ਗਰਭ ਨੂੰ ਗਰਮੀ ਹੀ ਨਹੀਂ ਆਉਂਦੀ, ਜਿਵੇਂ ਪੰਜਾਬੀ ਜੇ ਆਪਾਂ ਕਹਿੰਦੇ ਵੀ ਧਰਨ ਪੈ ਗਈ, ਧਰਨ ਉੱਤਰ ਗਈ, ਧਰਨ ਪੈ ਗਈ, ਧਰਨ ਪੱਕੀ ਰਹਿੰਦੀ ਹੈ, ਜਾਂ ਟਾਈਫਾਇਡ ਹੋ ਗਿਆ, ਬਿੰਦੇ ਬਿੰਦੇ ਖਾਈ ਜਾਣਾ, ਖੱਟੇ ਨੂੰ ਮਨ ਕਰੀ ਜਾਣਾ। ਜਦੋਂ ਇਹ ਚੀਜ਼ਾਂ ਵਿਗੜਦੀਆਂ ਸਰੀਰ ਦੇ ਵਿੱਚ, ਜਿਹੜਾ ਪੀਸੀ ਹੋ ਰਹੀ ਹੈ, ਪੋਲੀਸਿਸ ਓਵਰੀ ਡਿਸੀਜ, ਸਰੀਰ ਦੇ ਵਿੱਚ ਨੇਕੇ ਗੰਢ ਮਲਣ ਲੱਗ ਗਈਆਂ, ਜਿਹਨੂੰ ਆਪਾਂ ਸਿੱਧੇ ਤੌਰ 'ਤੇ ਰਸੌਲੀਆਂ ਕਹਿ ਦਿੰਦੇ ਹਾਂ, ਚਾਹੇ ਤਾਂ ਉਹ ਪੀਰੀਅਡ ਬੰਦ ਹੋਣ 'ਤੇ ਮਨ ਲੱਗੇ, ਚਾਹੇ ਪੀਰੀਅਡ ਦੇ ਹਰ ਮਹੀਨੇ ਹੀ, ਮਤਲਬ ਥੋੜ੍ਹੇ ਥੋੜ੍ਹੇ ਬੀਬੀਆਂ ਨੂੰ ਵਿੱਚ ਆਉਂਦੇ ਰਹਿੰਦੇ ਆ। ਜਦੋਂ ਉਹ ਬਣਦੇ ਆ ਤਾਂ ਉਹ ਇਕੱਲੇ ਐਗ 'ਤੇ ਅੱਗ 'ਤੇ ਵੀ ਅਸਰ ਕਰਦੇ ਆ, ਗਰਭ ਠਹਿਰਨ 'ਤੇ ਵੀ ਅਸਰ ਕਰਦੇ ਆ, ਅਤੇ ਜ਼ਿਆਦਾਤਰ ਕੀ ਕਰਦੇ ਆ, ਪੀਰੀਅਡ ਨੂੰ ਰੋਕਣ 'ਤੇ ਵੀ ਅਸਰ ਕਰਦੇ ਆ ਉਹ, ਅਤੇ ਜਾਂ ਕਈ ਵਾਰ ਪੇਟ ਫਲਾਵਟ ਐਂ ਕਰ ਦਿੰਦੇ, 9-9 ਮਹੀਨੇ ਪੀਰੀਅਡ ਆਉਂਦੇ ਨਹੀਂ, ਅਤੇ ਬਹੁਤਿਆਂ ਨੂੰ ਲੱਗਦਾ ਵੀ ਇਹਨੂੰ ਗਰਭ ਠਹਿਰਿਆ ਵਾ, ਉਹ ਹੁੰਦਾ ਝੂਠਾ ਗਰਭ। ਅੱਛਾ, ਝੂਠਾ ਗਰਭ, ਝੂਠਾ ਗਰਭ ਕਹਿੰਦੇ ਉਹਨੂੰ। 6-7 ਮਹੀਨੇ ਉਹ ਪੀਰੀਅਡ ਆ ਜਾਂਦੇ, ਫਿਰ ਉਹ ਸਾਰਾ ਖਲਾਸ ਹੋ ਜਾਂਦਾ। ਅਲੱਗ ਅਲੱਗ ਕਾਰਨ ਹੈ, ਔਰ ਇਹਦਾ ਕਾਰਨ ਸਭ ਤੋਂ ਵੱਡਾ ਜੇ ਦੇਖਿਆ ਜਾਵੇ ਤਾਂ ਹਾਰਮੋਨ ਅਨਬੈਲੈਂਸ ਆ। ਹੁਣ ਇਹਦਾ ਵਿਸ਼ਾ ਜੁੜਿਆ ਹੋਇਆ ਦਿਮਾਗ ਨਾਲ। ਹੁਣ ਅੱਜ ਜੇ ਡਿਪਰੈਸ਼ਨ ਜ਼ਿਆਦਾ ਦੇਖਿਆ ਜਾਵੇ ਤਾਂ ਲੇਡੀਜ਼ ਵਿੱਚ ਡਿਪਰੈਸ਼ਨ ਜ਼ਿਆਦਾ ਜੈਂਟਸ ਦੇ ਨਾਲੋਂ, ਉਹ ਨਿੱਕੀ ਨਿੱਕੀ ਗੱਲ 'ਤੇ ਜ਼ਿਆਦਾ ਸੋਚਦੀ, ਕਿਉਂਕਿ ਹਾਰਮੋਨ ਅਨਬੈਲੈਂਸ ਹੋ ਗਏ, ਕਿਉਂਕਿ ਉਹਦੀ ਡਾਇਟ 90% ਡਾਇਟ ਉਹਦੀ ਵਿਗੜ ਗਈ, ਨਿੱਕੀ ਨਿੱਕੀ ਗੱਲ 'ਤੇ, ਜਿਹੜੀ ਗੱਲ 'ਤੇ ਨਹੀਂ ਸੋਚਣਾ ਉਹ 'ਤੇ ਵੀ ਸੋਚਦੀ ਆ, ਉਹ ਡਿਪਰੈਸ਼ਨ ਜ਼ਿਆਦਾ ਲੈਂਦੀ। ਇਹ ਵੱਡਾ ਹਾਰਮੋਨ, ਜਦੋਂ ਇਨਫੈਕਸ਼ਨ ਹੁੰਦੀ ਆ ਨਾ, ਹਾਰਮੋਨ ਵਿਗੜਦੇ, ਉਦੋਂ ਕਰਕੇ ਹੀ ਕਈ ਵਾਰ ਐਗ ਜ਼ਿਆਦਾ ਬਣਦੇ, ਕਈ ਵਾਰ ਐਗ ਬਣਦੇ ਹੀ ਨਹੀਂ, ਕਈ ਵਾਰ ਪੀਰੀਅਡ ਆਉਂਦੇ ਆ, ਕਈ ਵਾਰ ਪੀਰੀਅਡ ਜ਼ਿਆਦਾ ਆਉਂਦੇ, ਕਈ ਵਾਰ ਆਉਂਦੇ ਹੀ ਨਹੀਂ, ਜਾਂ 6-6 ਮਹੀਨੇ ਸਾਲ ਤੱਕ ਪੀਰੀਅਡ ਆਉਂਦੇ ਨਹੀਂ, ਕਈ ਵਾਰ ਬੱਚਾ ਠਹਿਰ ਗਿਆ, ਕਈ ਵਾਰ 9 ਮਹੀਨੇ ਬੱਚਾ ਆਮ ਨੋਰਮਲ ਹੁੰਦਾ, ਕਈ ਵਾਰ 7 ਮਹੀਨੇ ਬੱਚਾ ਗਿਰ ਜਾਂਦਾ, ਕਈ 3 ਮਹੀਨੇ ਬੱਚਾ ਗਿਰ ਜਾਂਦਾ। ਇਹ ਸਾਰੇ ਕਾਰਨ ਆ ਜਿਹੜੇ ਜਿੰਨੇ ਜੁੜੇ ਹੋਏ ਆ ਹਾਰਮੋਨ ਦੇ ਵਜ੍ਹਾ ਕਰਕੇ, ਜਾਂ ਪੀਸੀਓਡੀ ਦੀ ਵਜ੍ਹਾ ਕਰਕੇ, ਜਾਂ ਮਤਲਬ ਲੇਡੀਜ਼ ਦਾ ਬਹੁਤਾ ਕੰਮ ਕਾਰ ਨਾ ਹੋਣ ਕਰਕੇ। ਅੱਜ ਵੀ ਤੁਸੀਂ ਦੇਖ ਲਓ ਜਿਹੜੀ ਲੇਡੀਜ਼ ਵਧੀਆ ਕੰਮ ਕਰਦੀ ਹੈ, ਸਾਰਾ ਕੁਝ ਬਿਹਤਰ ਆ, ਖਾਣ ਪੀਣ ਸਹੀ ਆ, ਉਹਦਾ ਕੋਈ ਇੱਦਾਂ ਦੀ ਗੱਲਬਾਤ ਨਹੀਂ ਕਿ ਰਿਲੈਕਸ ਆ, ਪਾਠ ਪੂਜਾ ਵਧੀਆ, ਜੋ ਬੰਦਗੀ ਹੈ, ਅਤੇ ਉਹਨੂੰ ਮੇਰੇ ਹਿਸਾਬ ਨਾਲ ਦਿੱਕਤ 90% ਹੈ ਨਹੀਂ। ਜਿੰਨੇ ਅਸੀਂ ਆਰਾਮਦਾਇਕ ਹੋ ਗਿਆ, ਝਾੜੂਆਂ ਪੋਚਿਆਂ 'ਤੇ ਰੱਖ ਲਿਆ ਸੀ, ਉਹਨੂੰ ਅਸੀਂ ਜ਼ਿਆਦਾ ਵਿਗੜ ਲੱਗ ਗਏ, ਸਰੀਰ ਦੇ ਵਿੱਚ ਪਿੱਤ ਇਕੱਠਾ ਹੋਈ ਜਾਂਦਾ, ਜਿਹਦੇ ਵਿੱਚ ਕਹਿ ਦਈਏ ਅੱਜ ਜ਼ਿਆਦਾ ਚਾਂਸ ਪਿੱਤੇ ਦੀ ਪੱਥਰੀ ਲੇਡੀਜ਼ ਨੂੰ ਜ਼ਿਆਦਾ ਆ ਰਹੀ ਹੈ, ਜੈਂਟਸ ਨੂੰ ਘੱਟ ਆਉਂਦੀ ਆ। ਇੱਕ ਜਾਣਕਾਰੀ ਹੋਰ ਦਿਓ, ਕਈ ਕਹਿੰਦੇ ਜਿਵੇਂ ਲੇਡੀਜ਼ ਨੂੰ ਅੰਦਰ ਐਗ ਬਣਦਾ ਹੀ ਨਹੀਂ, ਕਈਆਂ ਦੇ ਐਗ ਬਹੁਤ ਜ਼ਿਆਦਾ ਬਣਦੇ ਆ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਹੈ ਜੀ, ਮੈਂ ਤੁਹਾਨੂੰ ਵਾਰ ਵਾਰ ਦੱਸ ਚੁੱਕਿਆ ਵੀ ਛੋਟੀ ਉਮਰ ਦੇ ਵਿੱਚ ਜਦੋਂ ਪੀਰੀਅਡ ਆ ਜਾਂਦੇ ਆ ਉਹਦੇ ਆਪਾਂ ਧਿਆਨ ਨਹੀਂ ਦਿੰਦੇ ਗੇ। ਜਿਵੇਂ 12 ਸਾਲ ਦੇ ਵਿੱਚ ਪੀਰੀਅਡ ਆਉਂਦਾ, ਹੁਣ ਕਈ ਲੇਡੀਜ਼ ਨੂੰ ਬੱਚਿਆਂ ਨੂੰ 10 ਸਾਲ 'ਤੇ ਪੀਰੀਅਡ ਆਉਣ ਲੱਗ ਗਿਆ, ਉੱਥੇ ਮਾਪਿਆਂ ਨੇ ਧਿਆਨ ਦੇਣਾ ਵੀ ਬੱਚੇ ਦੀ ਐਕਸਰਸਾਈਜ਼ ਕਿੰਨੀ ਕਾ, ਉਹਦੇ 'ਚ ਪ੍ਰੋਟੀਨ ਕਿੰਨਾ ਕਾ, ਕੈਲਸ਼ੀਅਮ ਕਿੰਨਾ ਕਾ, ਬੈਲੈਂਸ ਬੋਡੀ ਦਾ ਕਿੰਨਾ ਕਾ, ਉਹ ਧਿਆਨ ਹੀ ਰੱਖਦੇ ਕਿ ਬੱਚੇ ਕੁੜੀਆਂ ਬਸ ਖੁਰਾਕ ਕਿੰਨੀ ਕਾ, ਰੋਟੀ ਖਾ ਲਈ ਨਾ ਖਾ ਲਈ, ਦੁੱਧ ਪੀ ਲਿਆ ਨਾ ਪੀ ਲਿਆ, ਖੁਰਾਕ ਹੀ ਨਹੀਂ ਬੱਚਿਆਂ ਦੀ, ਦੁੱਧ ਦਹੀਂ ਲੱਸੀ ਮੱਖਣ ਮਲਾਈ ਪਨੀਰ ਕੁੜੀਆਂ ਦੇ ਇਹਦੇ 'ਚ ਹੀ ਨਹੀਂ, ਮਤਲਬ ਬਹੁਤ ਘੱਟ ਆ ਬਾਕੀ। ਇਹਦੇ ਆਮ ਕਰਕੇ ਅੱਜ ਕੱਲ੍ਹ ਕੁੜੀਆਂ ਜਦੋਂ ਥੋੜ੍ਹੀਆਂ ਮਚੋਰ ਹੁੰਦੀਆਂ ਨੇ, ਉਹਨਾਂ ਨੂੰ ਲੱਗਦਾ ਵੀ ਜੇ ਚੀਜ਼ਾਂ ਖਾਣ ਲੱਗ ਪਏ ਤਾਂ ਸਾਡਾ ਸਰੀਰ ਭਾਰਾ ਨਾ ਹੋ ਜਾਵੇ, ਵਜ਼ਨ ਨਾ ਹੋ ਜਾਵੇ, ਅਸੀਂ ਕਿਤੇ ਕੱਪੜਾ ਲੀੜਾ ਪਾਇਆ ਸਾਨੂੰ ਫੱਬੇ ਨਾ, ਇਸ ਕਰਕੇ ਚੀਜ਼ਾਂ ਪਹਿਲਾਂ ਛੱਡੀਆਂ ਜਾਂਦੀਆਂ ਨੇ। ਕਾਰਨ ਫਿਰ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਚੀਜ਼ਾਂ ਖਾਣੀ ਤਾਂ ਵਰਕ ਕਰਨਾ ਪੈਣਾ, ਕਿਉਂਕਿ ਜੇ ਤੁਸੀਂ ਪਹਿਲਾਂ ਗਰਭ ਨੂੰ ਸਹੀ ਰੱਖਣਾ, ਪੀਸੀਓਡੀ ਨੂੰ ਸਹੀ ਰੱਖਣਾ, ਪੋਲੀਸਿਸ ਓਵਰੀ ਡਿਸੀਜ਼ ਨੂੰ ਵੀ ਨਾ ਬਣੇ, ਤਾਂ ਤੁਹਾਨੂੰ ਪ੍ਰੈਕਟਿਸ ਵੀ ਨਾਲ ਜ਼ਰੂਰੀ ਹੈ, ਚਾਹੇ ਕਿਸੇ ਹਿੱਸੇ ਦੀ ਹੋਵੇ, ਡਾਇਟ ਨਾਲ ਜ਼ਰੂਰੀ ਹੈ ਵੀ ਬਿੰਦੇ ਬਿੰਦੇ ਖਾਈ ਜਾਣਾ, ਕਬਜ਼ ਰਹੀ ਜਾਣੀ, ਬਹੁਤ ਵੱਡੀ ਬਿਮਾਰੀ ਲੇਡੀ ਦੇ ਵਿੱਚ ਕਬਜ਼ ਰਹਿਣਾ, ਡਿਪਰੈਸ਼ਨ ਬਣਨਾ, ਇਹ 3-4 ਵੱਡੀਆਂ ਬਿਮਾਰੀਆਂ, ਇਹ ਬਹੁਤ ਸਾਰੀਆਂ ਬਿਮਾਰੀ ਨੂੰ ਜਨਮ ਦੇ ਰਹੀ ਹੈ। ਇਹ ਤੋਂ ਬਚਣ ਵਾਸਤੇ, ਪੀਸੀਓ ਤੋਂ ਬਚਣ ਵਾਸਤੇ ਸਾਨੂੰ ਆਪਣਾ ਥੋੜ੍ਹਾ ਬਹੁਤਾ ਡਾਇਟ ਬਦਲਣੀ ਪੈਣੀ ਹੈ। ਜੇ ਕਿਸੇ ਦੇ ਐਗ ਘੱਟਦੇ ਆ ਹਾਂਜੀ ਜਾਂ ਵੱਧਦੇ ਆ,
ਉਹਦਾ ਆਯੁਰਵੇਦ ਵਿੱਚ ਹੱਲ ਕੀ? ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਬੂਟੀਆਂ ਜੀ, ਇਕੱਲੀ ਸਤਾਵਰੀ ਕਈ ਵਾਰ ਇੱਕ ਨੂੰ ਚੱਕ ਦਿੰਦੀ ਹੈ, 250 ਗ੍ਰਾਮ ਸਤਾਵਰ ਦੀਆਂ 10 ਪੁੜੀਆਂ ਬਣਾ ਲਓ, 1 ਪੁੜੀ ਡੇਲੀ ਉਬਾਲ ਕੇ ਉਹਨੂੰ ਪੀਣਾ ਸਟਾਰਟ ਕਰ ਦਿਓ, ਦਹਾਂ ਦਿਨਾਂ 'ਚ ਦੱਸ ਦੂਗੀ। ਸਤਾਵਰ ਜਾਣੀ 100 ਵਾਰ, ਲੇਡੀਜ਼ ਵਾਸਤੇ ਮੇਨ ਹੁੰਦੀ ਹੈ ਸਤਾਵਰ, ਵੈਦਾਂ ਨੇ ਨਾਂ ਰੱਖਿਆ 100 ਵਾਰ, 1 ਵਾਰ ਨਹੀਂ 100 ਵਾਰ, ਅਨੇਕਾਂ ਵਾਰ ਲੇਡੀਜ਼ ਵਾਸਤੇ ਸਤਾਵਰ 1 ਨੰਬਰ ਆ। ਪਰ ਖਾਂਦਾ ਕੌਣ ਜੇ ਪਾਊਡਰ ਕਿਸਨੂੰ ਦੇ ਦਿਓ, ਕਿਹਨੇ ਖਾਣਾ? ਕੈਪਸੂਲ ਦੇ ਦਿਓ, ਗੋਲੀ ਦੇ ਦਿਓ, ਉਹਦੀ ਉਨੀ ਡੋਜ਼ ਹੀ ਹੈ ਨੀਗੀ, ਉਹਦੀ ਇੱਕ ਡੋਜ਼ ਆ, ਉਹਨੂੰ ਕਾੜਾ ਬਣਾ ਕੇ ਦੇ ਦਿਓ। ਗਰਭ ਦੇ ਜਿੰਨੇ ਰੋਗ ਆ ਸਤਾਵਰ ਬਹੁਤ ਹੱਦ ਤੱਕ ਕਵਰ ਕਰਦੀ ਹੈ, ਜੇ ਵਿਗੜੇ ਨਹੀਂ ਤਾਂ। ਹਾਂ, ਬਹੁਤੇ ਵਾਰ ਵਿਗੜੇ ਨਹੀਂ ਹੁੰਦੇ, ਅਸੀਂ ਉਹਨੂੰ ਅਣਗੌਲਾ ਕਰ ਦਿੰਦੇ ਹਾਂ, ਫਿਰ ਉਹਦੀ ਵਜ੍ਹਾ ਕਰਕੇ ਰੋਗ ਵੱਧਦੇ 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 ਵਧੀ ਜਾਂਦੇ ਆ। ਇੱਕ ਬਣਦਾ ਅੱਗ ਤਾਂ ਇਕੱਲਾ ਸਤਾਵਰ ਹੀ ਬਣਾ ਹੁੰਦਾ, ਜੇ ਵੱਧਦਾ ਤਾਂ ਵੀ ਬੈਲੈਂਸ ਕਰ ਦਿੰਦਾ, ਘੱਟ ਹੈ ਤਾਂ ਵੀ ਬਣਾ, ਘੱਟਦੇ ਵੱਧਦੇ ਤੋਂ ਸਤਾਵਰ ਸਤਾਵਰ ਬਹੁਤ ਬਿਹਤਰ ਬੂਟੀ ਹੈ। ਤੁਹਾਡੇ ਕੋਲ ਬਣੀਆਂ ਬਣੀਆਂ ਚੀਜ਼ਾਂ ਹੈਗੀਆਂ ਨੇ? ਬਿਲਕੁਲ, ਸਤਾਵਰੀ ਪਈ ਆਪਣੇ ਕੋਲ, ਉਹ ਆਪਾਂ ਦਿੰਦੇ ਹਾਂ ਜੀ, ਉਹ ਸਤਾਵਰੀ ਪਈ ਆਪਣੇ ਕੋਲ ਆ ਪਿਆ। ਓਕੇ, ਸਤਾਵਰ ਫਲੀ ਹੈ ਆਹ ਵਾਲਾ? ਹਾਂਜੀ, ਨਾਲ ਨਾਲ ਇਹਦੇ ਔਰਲੇ ਆਹ ਵਾਲਾ ਔਰਲੇ ਪਸੇ ਆਈ ਜੀ, ਆਹ ਵਾਲਾ, ਆਹ ਵਾਲਾ, ਇਹ ਸਤਾਵਰ ਫਲੀ ਜੀ, ਇਹ ਸਤਾਵਰ ਫਲੀ ਦਿਖਾ ਦਿਓ ਦਰਸ਼ਕਾਂ ਨੂੰ, ਆਪਣੇ ਪਤਾ ਲੱਗਣ ਲੱਗ ਜੂ ਤੁਹਾਨੂੰ ਇੰਨਾ ਜਾਣੀ ਬਿਹਤਰ ਰਿਜ਼ਲਟ ਆ। ਕੱਲੀ ਆਪਾਂ ਕਹਿੰਦੇ ਇੱਕ, ਬਹੁਤ ਸਾਰੀਆਂ ਦਵਾਈਆਂ, ਔਰ ਇਹ ਬਾਤਰੇ ਵਰਤ ਲਓ, ਪਿੱਤ ਤੇ ਵਰਤ ਲਓ, ਕਫ ਤੇ ਵਰਤ ਲਓ, ਨਾ ਵਜਨ ਵਧਾਵੇ ਨਾ ਵਜਨ ਘਟਾਵੇ, ਇਹ ਵੀ ਨਾਲ ਬੈਲੈਂਸ, ਔਰ ਲੈਣੀ ਬਹੁਤ ਔਖੀ ਨਹੀਂ ਹੈ। ਪਰ ਇਹਦੀ ਇੱਕ ਡੋਜ਼ ਆ, ਵੀ ਡੋਜ਼ ਉਹਦੀ ਤੁਸੀਂ ਆਖੋ ਵੀ ਮੈਂ ਨਹੀਂ ਲੈਣਾ, ਤੁਸੀਂ ਦੱਸਿਆ ਵੀ ਆਹ ਜਿਹੜੀ ਚੀਜ਼ ਆ, ਹਾਂਜੀ, ਇਹਨੂੰ ਜੇ ਜਿਵੇਂ ਰਿੰਨਣਾ ਕਰਨਾ, ਹੁਣ ਕਈ ਵਾਰੀ ਐਸਾ ਸਾਡੇ ਘਰਾਂ ਦੇ ਮਾਹੌਲ ਹੁੰਦੇ ਆ, ਰਿੰਨਣ ਤੋਂ ਵੀ ਜਬ ਪਿਆ ਹੁੰਦਾ ਮੰਨ ਲਓ, ਹਨਾ, ਅੱਜ ਕੱਲ੍ਹ, ਤੇ ਇਹਦਾ ਕੋਈ ਬਣੀ ਬਣੀ ਚੀਜ਼ ਵੀ ਹੈ? ਇਹਦਾ ਪਾਊਡਰ ਖਾ ਸਕਦੇ ਹਾਂ, ਪਾਊਡਰ ਖਾ ਸਕਦੇ, ਪਾਊਡਰ ਤੇ ਜਿਹੜਾ ਆਪਣੇ ਕਵਾਸ ਦਾ ਫਰਕ ਹੈ, ਉਹਦਾ ਫਰਕ ਪੈਣਾ, ਕਿੱਥੇ ਕਵਾਸ ਸਿੱਧੀ ਚੀਜ਼ ਨੇ ਵੱਧ ਵੱਧ ਆ ਜਾਣਾ ਪਾਣੀ 'ਚ, ਉਬਲ ਕੇ ਉਹ ਜ਼ਿਆਦਾ ਜਜ ਹੋਵੇਗੀ, ਜ਼ਿਆਦਾ ਕੰਮ ਕਰੇਗੀ, ਪਚਨ 'ਚ ਹਲਕੀ ਹੋ ਜਾਣੀ ਹੈ, ਕਬਜ਼ ਨਹੀਂ ਕਰਦੀ, ਭਾਰੀ ਨਹੀਂ ਹੁੰਦੀ, ਕਿ ਭਾਰ ਨਹੀਂ ਕਰਦੀ, ਪਾਣੀ ਦੇ ਵਿੱਚ ਆ ਗਈ, ਹਲਕੀ ਹੋਊਗੀ, ਡਿਜ਼ੋਲਵ ਹੋ ਜਾਣੀ ਜਲਦੀ, ਅਤੇ ਕਿੱਥੇ ਥੋੜ੍ਹਾ ਹੈਵੀ ਹੋਣਾ, ਕਿਉਂਕਿ ਕੰਮ ਕਰ ਤੁਹਾਨੂੰ ਪਹਿਲਾਂ ਹੈਗਾ, ਜੋ ਕਿਵੇਂ ਵੀ ਕੰਮ ਕਰ ਇੱਦਾਂ ਦੇ ਵੀ ਹੁਣ ਵਾਲਾ ਕਰਕੇ ਖੁਸ਼ ਹੀ ਨਹੀਂ, ਜੇ ਹੈਗੇ ਵੀ ਆ ਤਾਂ ਧੱਕੇ ਨਹੀਂ ਕਰਦਾ, ਜੇ ਹੈਗੇ ਵੀ ਆ ਤਾਂ ਕੋਸ਼ਿਸ਼ ਕਰਨੀ ਹੀ ਪੈਣੀ, ਵੀ ਸਤਾਵਰ ਦੇ ਲੈਣ ਨਾਲ ਤੁਸੀਂ ਚਾਲੂ ਕਰ ਦਿਓ, ਜਿਹਨਾਂ ਨੂੰ ਰੋਗ ਆ ਬਹੁਤ ਜ਼ਿਆਦਾ ਬਿਹਤਰ। ਮਤਲਬ ਐਗ ਨਹੀਂ ਬਣਦੇ ਤਾਂ ਵੀ, ਮਤਲਬ ਜੇ ਕਹਿ ਦੋਗੇ ਬੱਚੇ ਗਰਭ ਨਹੀਂ ਠਹਿਰਦਾ, ਪੀਰੀਅਡ ਨਹੀਂ ਆਉਂਦੇ, ਖੁੱਲ੍ਹ ਕੇ ਜਿੰਨਾ ਗੰਦ ਮੰਦਾ ਸਾਰਾ ਬਾਹਰ ਕੱਢ ਲੈਣੇ ਜੀ, ਜਿੰਨੇ ਗੁਲਮ ਬਣੇ ਹੋਏ ਆ। ਅੱਛਾ, ਆਹ ਜਿਹੜੀ ਸਤਾਵਰ ਆ, ਇਹ ਤੁਸੀਂ ਗੱਲ ਕਰਦੇ ਹੋ, ਮੈਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਕੁਦਰਤ ਦੇ ਨਾਲ ਜੋੜਦੇ ਹੋ। ਠੀਕ ਹੈ ਜੀ, ਮੈਂ ਮੰਨਦਾ ਵਾਂ ਕਿ ਪਿਛਲੇ ਦਿਨਾਂ 'ਚ ਨਾ ਮੇਰਾ ਤੁਹਾਡੇ 'ਤੇ ਇੱਕ ਲਾਂਭਾ ਸੀ। ਠੀਕ ਹੈ ਜੀ, ਮੈਂ ਕਿਹਾ ਵੀ ਸਭ ਤੋਂ ਵੱਧ ਲੁੱਟਦੇ ਪਏ ਨੇ, ਮਹਿੰਗੀਆਂ ਦਵਾਈਆਂ, ਆ 40,000 ਆ 30,000, ਪਰ ਜਦੋਂ ਕਿਤੇ ਕੋਈ ਚੀਜ਼ ਮਾਰਕੀਟ ਦੇ ਵਿੱਚੋਂ ਲੈਣ ਜਾਈਏ ਨਾ, ਫਿਰ ਪਤਾ ਲੱਗਦਾ ਅੱਗੇ ਨਾ ਜੰਗਲ ਹੁੰਦਾ ਸੀ, ਜੜੀ ਬੂਟੀ ਮਿਲ ਜਾਂਦੀ ਮਿਲ ਜਾਂਦੀ ਸੀ, ਹੁਣ ਜੰਗਲ ਹੈ ਨਹੀਂ, ਜੜੀਆਂ ਬੂਟੀਆਂ ਮਿਲਦੀਆਂ ਨਹੀਂ, ਹੁਣ ਤਾਂ ਫਿਰ ਜੜੀ ਬੂਟੀ ਦੀ ਪਛਾਣ ਚਾਹੀਦੀ ਹੈ, ਫਿਰ ਜੜੀ ਬੂਟੀ ਨੂੰ ਕਿੰਨਾ ਚਿਰ ਹੋ ਗਿਆ, ਫਿਰ ਜੇ ਧੁੱਪ 'ਚ ਸੁਕਾਈਏ ਕਿ ਛਾਂ 'ਚ ਸੁਕਾਈਏ, ਜਦ ਵੀ ਬਹੁਤ ਨੇ। ਕਾਰਨ ਪਤਾ ਕੀ ਹੈ ਜੀ, ਹੁਣ ਮੰਨ ਲਓ ਸਤਾਵਰੀ ਲਾ ਲਓ, ਹੁਣ ਜੇ ਸਤਾਵਰ ਜੇ ਮੰਨ ਲਗੇ ਨੇਪਾਲ ਵਾਲਾ ਬਿਹਤਰ ਮੰਨਿਆ ਜਾਂਦਾ, ਹੁੰਦਾ ਯੂਪੀ ਆਪ ਜੀ ਫਿਰ, ਹੁਣ ਨੇਪਾਲ ਤੋਂ ਆਊਗਾ ਕੁੱਢ ਕੇ ਤਾਂ ਆਉਣ ਨੀ ਲੱਗਿਆਗਾ, ਟਰਾਂਸਪੋਰਟ 'ਤੇ ਆਉਣਾ, ਉਹ ਲੋਡ ਲੈਣਾ ਸਾਰੇ ਨੇ, ਉਹ ਟਰਾਂਸਪੋਰਟ 'ਤੇ ਹੋਣਾ, ਫਿਰ ਸਾਂਭਣ ਵਾਲੇ ਨੇ ਪੈਸੇ ਲੈਣੇ, ਇਹਦੇ 6 ਮਹੀਨੇ ਪਿਆ ਉਹਦੇ ਕੋਲ, ਸਾਲ ਪਿਆ ਡਸਟ ਤੋਂ, ਮਿੱਟੀ ਤੋਂ, ਪੋਲਿਊਸ਼ਨ ਤੋਂ, ਗੰਦਗੀ ਤੋਂ, ਉਹਨੇ ਬਚਾ ਕੇ ਰੱਖਣਾ, ਸਾਂਭਣ ਦੇ ਪੈਸੇ ਉਹਨੇ ਲੈਣੇ ਆ, ਆ ਆ ਮਤਲਬ ਬਹੁਤੀਆਂ ਚੀਜ਼ਾਂ ਅੱਗੇ ਸਤਾਵਰ ਲੋਕ ਆਮ ਹੀ ਵਰਤ ਲੈਂਦੇ, ਅਸ਼ਵਗੰਧਾ ਹੈ ਤੇ ਤੁਹਾਡੇ ਕੋਲ ਬਣੇ ਬਣਾਏ ਹੈ, ਜਦੋਂ ਆਪਾਂ ਕਹਿੰਦੇ ਵੀ ਆਪਣੇ ਕੋਲ ਪੇਸ਼ੈਂਟ ਆ ਗਿਆ, ਹੁਣ ਆਪਾਂ ਤਾਂ ਪ੍ਰਕਿਰਤੀ ਵੇਖਣੀ, ਕਈ ਵਾਰ ਕੀ ਹੁੰਦਾ ਬਹੁਤੀਆਂ ਲੇਡੀਜ਼ ਨੂੰ ਸਤਾਵਰ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਜਵਾਬ ਬੁਖਾਰ ਹੁੰਦਾ, ਕਈ ਵਾਰ ਕਿਸੇ ਨੂੰ ਗਰਭ ਡਿੱਗਿਆ ਹੁੰਦਾ, ਗਰਭ ਜਾਣੀ ਸੋਜ ਪੱਕੀ ਹੁੰਦੀ, ਧਾਰਨ ਪੱਕੀ ਹੁੰਦੀ ਹੈ, ਉਹ ਸੈੱਟ ਕਰ ਦਿੰਦੀ ਹੈ, ਕਈ ਵਾਰ ਪਾਚਨ ਤੰਤ ਅਗਨੀ ਉਹਦੀ ਜਠਰ ਅਗਨੀ ਸਲੋਅ ਹੋਈ ਹੁੰਦੀ ਹੈ, ਪਿੱਤ ਵਿਗੜਿਆ ਜ਼ਿਆਦਾ ਹੁੰਦਾ,
ਕਈ ਵਾਰ ਕਾਫੀ ਜ਼ਿਆਦਾ ਵਿਗੜਿਆ ਹੁੰਦਾ ਉਹਦੇ ਵਿੱਚ। ਸਿੱਧੀਆਂ ਚੀਜ਼ਾਂ ਨਾ ਲਈਏ, ਵੈਦ ਦੀ ਸਲਾਹ ਲੈਣੀ, ਮਤਲਬ ਜੇ ਆਪਾਂ ਕਹਿ ਦਈਏ ਅੱਗੇ ਜੇ ਕਹਿੰਦੇ ਅੱਗੇ ਕਿਹੜਾ ਵੈਦ ਦੀ ਸਲਾਹ ਲੈਂਦੇ ਸੀ, ਬਹੁਤ ਲੋਕ ਕਹਿੰਦੇ ਅੱਗੇ ਬਾਈ ਵੈਦ ਦੀ ਸਲਾਹ ਨਹੀਂ ਲੈਂਦੇ ਸੀ, ਪਰ ਘਰ ਘਰ ਦੇ ਵਿੱਚ ਹੀ 90-100 ਸਾਲ ਦਾ ਬਜ਼ੁਰਗ ਆਮ ਮਿਲਦਾ ਸੀ ਤੇ ਉਹਦੇ ਕੋਲ 70 ਸਾਲ ਦਾ ਪ੍ਰੈਕਟੀਕਲ ਸੀ। ਉਹਨੇ ਗੱਲ ਹੀ ਨੀ ਵੇਟਣੀ ਸੀ, ਆਹ ਚੁੱਪ ਕਰਕੇ ਲੈ ਲਈ ਫਿਰ ਮੇਰੇ ਨਾਲ ਗੱਲ ਕਰ, ਉਹਨੇ ਪ੍ਰਕਿਰਤੀ ਦੇਖਣੀ ਨੀ, ਕਿਉਂਕਿ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਪਤਾ ਹੀ ਹੁੰਦਾ ਵੀ ਕਿੱਦਾਂ ਦਾ, ਵੀ ਇਹ ਗੁੱਸੇ ਵਾਲਾ ਠੰਡੇ ਵਾਲਾ ਕਿਹੜਾ ਸਵਾਦ ਨੂੰ ਪਤਾ ਹੀ ਹੁੰਦਾ ਮਾਂ ਨੂੰ ਪਿਓ ਨੂੰ, ਤੂੰ ਐਂ ਦਾ ਚੱਲਦਾ ਸੀ। ਹੁਣ ਜੇ ਕੋਈ ਪਿਓ ਕਹਿ ਵੀ ਹੁੰਦਾ ਕਿਸੇ ਨੂੰ ਆਹ ਚੀਜ਼ ਲੈ ਲਾ, ਤੈਨੂੰ ਬੜਾ ਪਤਾ ਯਾਰ ਆਹ ਮੈਂ ਜਿਮ ਚੋਂ ਆਹ ਪ੍ਰੋਟੀਨ ਆਉਂਦਾ ਆਹ ਚੀਜ਼ ਲੈਣੀ ਹੈ ਜੀ, ਮਤਲਬ ਆਹ ਚੀਜ਼ ਨੇ ਸਾਨੂੰ ਥੋੜ੍ਹਾ ਜਿਹਾ ਡੋਬ ਤਾ। ਜੇ ਅਸੀਂ ਚੀਜ਼ਾਂ ਆਪ ਥੋੜੀਆਂ ਬਣਾ ਲਈਏ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਬਿਹਤਰ। ਜੇ ਬੰਦਾ ਕਹੇ ਮੈਨੂੰ ਪਹਿਚਾਣ ਨਹੀਂ, ਪਹਿਚਾਣ ਵਾਲੇ ਬੰਦੇ ਨੂੰ ਮਿਲ ਲਓ ਜੀ, ਜਾਂ ਯੂਟਿਊਬ ਤੋਂ ਬਥੇਰੀਆਂ ਪਛਾਣਾਂ ਮਿਲ ਜਾਣਗੀਆਂ, ਤਾਂ ਇੱਦਾਂ ਦੀ ਕੋਈ ਗੱਲ ਨਹੀਂ, ਪਰ ਕਿਤੇ ਕਿਤੇ ਰਿਸਰਚ ਕਰਨੀ ਪੈਣੀ ਹੈ। ਬੈਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬੜੀਆਂ ਸੋਹਣੀਆਂ ਜਾਣਕਾਰੀਆਂ ਸਾਡੇ ਦਰਸ਼ਕਾਂ ਨੂੰ ਤੁਸੀਂ ਮੁਹੱਈਆ ਕਰਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।